ਸਸ਼ੇਕਾਲ ਜੀ ਤੁਸੀਂ ਵੇਖ ਰਹੇ ਹੋ ਚੈਨਲ ਪੰਜਾਬੀ ਟੇਸ਼ਨ ਤੇ ਮੈਂ ਜੱਸੀ ਬੜੈ ਅੱਜ ਸਾਡੇ ਨਾਲ ਬਹੁਤ ਹੀ ਖੂਬਸੂਰਤ ਵੰਡਰਡਾਉਨਲੀ ਹਿਮਾਂਸ਼ੀ ਖਰਾਨਾ ਜੀ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ शुक्रिया ਅਸਮਰੇਣਾ ਕਿ ਲੈਣਾ ਦਿਵਾਕ ਤੋਂ ਦੀ ਨੇ ਕਹਿੰਦੇ ਸ਼ਬਦ ਕੰਮ ਬੜ ਜਾਂਦੇ ਹੈ ਨਕੀ ਤਾਰੀਫ ਕੇ ਲਈ ਉਹ ਖੁਦ ਇੱਕ ਤਾਰੀਫ ਹੈ ਔਰ ਤਾਰੀਫ ਕੀ ਕੈ ਤਾਰੀਫ ਕਰੇ ਥੈਂਕ ਯੂ ਸਭ ਤੋਂ ਪਹਿਲਾਂ ਕਿ ਹੈਪੀ ਨਿਊ ईयर ਆਪਾਂ ਨੂੰ ਥੋੜਾ ਲੇਟ ਮਿਲਿਆ ਤਾਂ ਹਾਂ ਜੀ ਬਿਲਕੁਲ ਹੈਪੀ ਨਿਊ ईयर ਅਸਮਰੇਣਾ ਕਿ ਨਾ ਚੀਜ਼ ਯਾਦ ਹੁੰਦੀ ਹੈ ਕਹਿੰਦੇ ਵੀ ਜਦੋਂ ਆਪਾਂ ਨਵੇਂ ਸਾਲ ਦੀ ਸਟਾਰਟਿੰਗ ਤੇ ਕੋਈ ਕੰਮ ਕਰਦੇ ਹਨਾ ਤਾਂ ਜਿਹੜਾ ਇੱਕ ਵਾਰੀ ਕੰਮ ਕਰ ਲਿਆ ਤੁਸੀਂ ਸਾਰਾ ਸਾਲ ਉਦਾਂ ਹੀ ਕਰਦੇ ਰਹਿਣਾ ਮਤਲਬ ਸਾਰਾ ਸਾਲ ਤੁਹਾਡੇ ਨਾਲ ਆਡੀ ਇੰਟਰਵਿਊ ਹੁੰਦੀਆਂ ਰਹਿਣੀਆਂ ਬਿਲਕੁਲ ਅ ਮਤਲਬ ਇਨੋਗਰੇਸ਼ਨਸ ਵੀ ਹੁੰਦੀਆਂ ਰਹਿਣੀਆਂ ਆਪਾਂ ਸੁਣਦੇ ਹੁੰਦੇ ਸੀ ਨਾ ਵੀ ਜੇ ਵੀ ਹਾਂ ਹਾਂ ਬਿਲਕੁਲ ਕੰਮ ਆਪਾਂ ਕੰਮ ਤੋਂ ਸ਼ੁਰੂਆਤ ਕਰਦੇ ਆ ਸੋ ਬਿਲਕੁਲ ਆਪਾਂ ਕੰਮ ਕਰਦੇ ਰਹੀਏ ਤੁਸੀਂ ਵੀ ਤੁਹਾਡਾ ਵੀ ਕੰਮ ਹੈ ਇਹ ਤੁਸੀਂ ਵੀ ਅੱਧੀ ਕਰਦੇ ਰਹੋ ਤੇ ਮਿਲਦੇ ਰਹੀਏ ਆਪਾਂ ਅੱਛਾ ਜੀ ਬਹੁਤ ਲੱਕੀਆਂ ਕਿ ਸਾਡੀ ਪਹਿਲੀ ਇੰਟਰਵਿਊ ਔਰ ਪਹਿਲੀ ਐਂਟਰੀ ਨਵੇਂ ਸਾਲ ਦੀ ਤੁਹਾਡੇ ਨਾਲ ਹੀ ਹੋ ਰਹੀ ਹੈਗੀ ਬਹੁਤ ਲੱਕੀਆਂ ਸੀ ਜੀ ਸ਼ੁਕਰੀਆ ਬੀਤੇ ਸਾਲ ਕਿਵੇਂ ਦਾ ਰਿਹਾ ਹਨਾ ਵਿਸ ਉਹ ਕੀ ਦੀ ਗੱਲ ਕਰੂੰ ਤਾਂ ਕੁਝ ਖੱਟੀਆਂ ਮਿੱਠੀਆਂ ਯਾਦਾਂ ਵੀ ਕਿਹੜੀ ਚੀਜ਼ ਹਨਾ ਤੁਹਾਨੂੰ ਲੱਗਦੀ ਵੀ ਹਾਂ ਬਹੁਤ ਵਧੀਆ ਰਿਹਾ ਮੈਂ ਆਪਣੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਸੋਚੀਆਂ ਸੀਗੀਆਂ ਔਰ ਉਹ ਮੈਂ ਪੂਰੀਆਂ ਕੀਤੀਆਂ ਐਂਡ ਥੋੜਾ ਕੁੰਮੀ ਫਿਰੀ ਵੀ ਕਿਉਂਕਿ ਲਾਕਡਾਊਨ ਕਰਕੇ ਲੱਗ ਨਹੀਂ ਸੀ ਰਿਹਾ ਕਿ ਆਪਾਂ ਘੁੰਮ ਪਾਵਾਂਗੇ ਬਿਕਾਜ਼ ਇੱਕ ਮੈਂਟਲੀ ਤੁਹਾਨੂੰ ਇੱਕ ਰਿਲੀਫ ਚਾਹੀਦਾ ਹੁੰਦਾ ਸੋ ਵਕੇਸ਼ਨ ਤੇ ਵੀ ਗਈ ਮੈਂ ਕੰਮ ਵੀ ਕੀਤਾ ਮੂਵੀ ਵੀ ਆਈ ਐਂਡ ਬहोत सारीयां ਚੀਜ਼ਾਂ ਨਾਲ-ਨਾਲ ਚਲਦੀਆਂ ਰਹੀਆਂ ਐਂਡ ਆਹਪ ਕਿ ਨਵੇਂ ਸਾਲ ਵੀ ਇਦਾਂ ਹੀ ਕੁਛ ਨਵਾਂ ਹੋਵੇ ਸਭ ਦਾ ਕੋਈ ਬੈਸਟ ਤੁਹਾਡਾ ਪਾਰਟ ਕੋਈ ਵੈਸਟ ਤੁਹਾਡਾ ਚਾਹੇ ਸੌਂਗ ਹੋਵੇ ਚਾਹੇ ਫਿਲਮ ਹੋਵੇ ਕਿ ਨੂੰ ਮੰਨੂਣ ਸਾਰਾ ਸਾਲ ਹੀ ਅੱਛਾ ਸੀਗਾ ਸ਼ੁਰੂਆਤ ਮੇਰੀ ਲਾਸਟ ਈਅਰ ਮਿਸ ਪੀਟੀਸੀ ਤੋਂ ਹੋਈ ਸੀਗੀ ਐਂਡ THEN ਸੌਂਗ ਬੈਕ ਟੂ ਬੈਕ ਸੀਗੇ ਪਲਾਜ਼ੋ ਟੂ ਹਿੱਟ ਹੋਇਆ ਹਬੀਬੀ ਵੀ ਲਾਸਟ ਈਅਰ ਆਇਆ ਔਰ ਬहोत सारे ਗਾਣੇ ਮੈਂ ਟ੍ਰੈਵਲ ਵੀ ਬहोत ਕੀਤਾ ਅ ਮੈਂ ਵਕੇਸ਼ਨ ਤੇ ਵੀ ਗਈ ਸੋ ਸਾਰੇ ਪਾਰਟਸ ਪੂਰੇ ਹੋਏ 12 ਮਹੀਨਿਆਂ ਚ ਹੂੰ ਤੁਸੀਂ ਟਰੈਵਲ ਵੋ ਕਰਦੇ ਹੋ ਨਾ ਜਦੋਂ ਡਿਪਰੈਸ਼ਨ ਦੇ ਵਿੱਚ ਹੋਣੋ ਤਾਂ ਡਿਪਰੈਸ਼ਨ ਦੂਰ ਕਰਨ ਦੇ ਲਈ ਕੀ ਕਰਦੇ ਹੋ ਟਰੈਵਲ ਕਰਦੇ ਹੋ ਕੁਝ ਸੁਣਦੇ ਹੋ ਕੁਝ ਪੜ੍ਹਦੇ ਹੋ ਕੀ ਕਰਦੇ ਬੇਸਿਕਲੀ ਮੈਂ ਬੜੀ ਜਿਆਦਾ ਨਾ ਇੰਟਰਵਰਟ ਪਰਸਨ ਆ ਮਤਲਬ ਪੀੜ ਪਾੜ ਨਹੀਂ ਚਾਹੀਦੀ ਹੁੰਦੀ ਮੈਨੂੰ ਮੈਂ ਇਕੱਲੇ ਰਹਿਣਾ ਪਸੰਦ ਕਰਦੀ ਆ ਸੋ ਜਦੋਂ ਕੰਮ ਅਸੀਂ ਕਰ ਰਹੇ ਹੁੰਨੇ ਆ ਸੋ ਜਿਹੜਾ ਮੇਰੇ ਕੰਮ ਦੇ ਤੌਰ ਤੇ ਟ੍ਰੈਵਲ ਹੋ ਰਿਹਾ ਹੁੰਦਾ ਉਹਨੂੰ ਹੀ ਮੈਂ ਆਪਣਾ ਸਟ੍ਰੈਸ ਰਿਲੀਫ ਮੰਨ ਲੈਂਦੀ ਆ ਫਾਰ ਇਗਜ਼ੈਂਪਲ ਜੇ ਕੱਲ ਸ਼ੂਟ ਹੈ ਤਾਂ ਅਗਰ ਮੇਰੇ ਉਸ ਤੋਂ ਪਹਿਲੇ ਦੇ 2 ਦਿਨ ਫ੍ਰੀ ਨੇ ਤਾਂ ਮੈਂ 2 ਦਿਨ ਪਹਿਲੇ ਫ্লাই ਕਰਦੀ ਆ ਔਰ ਫਿਰ ਮੈਂ ਉੱਥੇ ਦੀ ਜਗ੍ਹਾ ਦੇਖ ਕੇ ਆਉਣੀ ਆ ਸੋ ਅਸੀਂ ਇਸ ਚੀਜ਼ ਨਾਲ ਬੜੇ ਪ੍ਰੋਐਕਟਿਵ ਆ ਕਿ ਉੱਠ ਕੇ ਫਟਾਫਟ ਘੁੰਮਣਾ ਔਰ ਕੰਮ ਨੂੰ ਇੰਜੋਏ ਕਰਨਾ ਬਾਈ ਦਾ ਟਾਈਮ ਨਾਲ-ਨਾਲ ਮਤਲਬ ਉਸ ਜਗ੍ਹਾ ਨੂੰ ਪ੍ਰੋਪਰ ਦੇਖ ਕੇ ਆਣਾ ਕਿ ਅਗਰ ਮੇਰੀ ਜੌਬ ਮੈਨੂੰ ਮੌਕਾ ਦੇ ਰਹੀ ਹੈ ਕਿ ਮੈਂ ਡਿਫਰੈਂਟ ਡਿਫਰੈਂਟ ਕੰਟਰੀਸ ਟ੍ਰੈਵਲ ਕਰਦੀ ਆ ਤਾਂ ਮੈਂ ਉੱਥੋਂ ਦੀ ਆਥੈਂਟਿਕ ਚੀਜ਼ਾਂ ਖਾਣਾ ਪੀਣਾ ਘੁੰਮਣਾ ਸਭ ਟਰਾਈ ਕਰਕੇ ਆਉਣੀ ਆ ਤਾਂ ਮੇਰੀ ਵਕੇਸ਼ਨ ਨਾਲ ਹੀ ਹੋ ਜਾਂਦੀ ਹੈ ਸੋ ਇਸ ਸਾਲ ਦਾ ਕੋਈ ਪਲਾਨ ਹੈ ਨਾ ਆਪਾਂ ਸੋਚਦੇ ਹੁੰਦੇ ਆ ਵੀ ਆਪਾਂ ਅਗਲੇ ਸਾਲ ਨਵੀਂ ਸ਼ੁਰੂਆਤ ਕਰਾਂਗੇ ਥੋੜਾ ਕੋਈ ਹੈ ਪਲਾਨ ਵੀ ਪਛੈਦਾਂ ਵੱਖਰਾ ਖੂਗਾ ਕੁਝ ਉਹ ਮੇਰਾ ਪਲਾਨ ਹੈਗਾ ਮੈਂ ਆਪਣੇ ਲਈ ਇੱਕ ਘਰ ਡਿਜ਼ਾਈਨ ਕੀਤਾ ਸੀਗਾ ਸੋ ਮੇਰਾ ਮੇਰਾ ਇਹ ਸੀਗਾ ਕਿ ਮੈਂ ਸ਼ਿਫਟ ਹੋਣਾ ਆ ਸੋ ਪਿਛਲੇ ਸਾਲ ਪੂਰਾ ਨਹੀਂ ਹੋ ਪਾਇਆ ਕਿ ਮਤਲਬ ਮੈਨੂੰ ਟਾਈਮ ਤੇ ਮਿਲਿਆ ਨਹੀਂ ਹੈਗਾ ਸੋ ਹੋਪਫੁਲੀ ਸ਼ਾਇਦ ਇੱਕ ਮਹੀਨੇ ਦੇ ਅੰਦਰ ਅੰਦਰ ਮੈਂ ਆਪਣੇ ਨਵੇਂ ਘਰ ਦੇ ਵਿੱਚ ਸ਼ਿਫਟ ਕਰੂੰਗੀ ਜੋ ਕਿ ਮੇਰੇ ਅਕੋਰਡਿੰਗ ਜਿਵੇਂ ਮੈਨੂੰ ਚਾਹੀਦਾ ਸੀਗਾ ਔਰ ਉਹ ਮੇਰਾ ਪੂਰਾ ਹੋਇਆ ਐਂਡ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਮੈਂ ਇੱਕ ਬਹੁਤ ਸੀਰੀਅਸ ਟੌਪਿਕ ਤੇ ਮੂਵੀ ਕਰਨਾ ਚਾਹੁੰਨੀ ਐ ਔਰ ਮੇਬੀ ਸ਼ਾਇਦ ਉਹ ਪੂਰਾ ਹੋ ਜਾਏ। اچھا ਮੈਂ ਇਹ ਗੱਲ ਦੀ ਸੱਚਾਈ ਹੈ ਕਿ ਤੁਸੀਂ ਫੌਰਨ ਜਾਣਾ ਸੀ ਪਹਿਲਾਂ ਇਹ ਇਹ ਸਾਰੇ ਤੋਂ ਪਹਿਲਾਂ ਹਨ। ਹਾਂਜੀ। ਅਸੀਂ ਕਹਿ ਸਕਦੇ ਹਾਂ ਕਿ ਅਸੀਂ ਬਹੁਤ ਲੱਖੀਏ ਕਿ ਤੁਹਾਡਾ ਉਹ ਵੀਜ਼ਾ ਨਹੀਂ ਲੱਗੇ। ਜਿਵੇਂ ਡੈਸਟੀਨੀ ਇਹੀ ਡਿਸਾਈਡ ਕਰਦੀ ਆ ਕਿ ਜਿਵੇਂ ਉਹ ਦੋ ਬਾਰ ਮੇਰੀ ਲਾਈਫ 'ਚ ਚਾਂਸ ਆਇਆ ਜਦੋਂ ਮੈਂ ਪਹਿਲੇ ਸਟੱਡੀ ਵਾਸਤੇ ਬਾਹਰ ਜਾ ਰਹੀ ਸੀ ਉਦੋਂ ਮੇਰਾ ਸਭ ਫੀਸ ਵਗੈਰਾ ਜਾਣੀ ਸੀਗੀ ਆਫਰ ਲੈਟਰ ਆਇਆ ਐਂਡ ਦੈਨ ਉਹ ਵਿਚ ਰਹਿ ਗਿਆ ਦੈਨ 빅बॉਸ ਤੋਂ ਪਹਿਲਾਂ ਮੈਂ ਸਭ ਕੁਝ ਛੱਡ ਕੇ ਜਾਣਾ ਚਾਹੁੰਦੀ ਸੀ ਦੈਨ ਉਸ ਤੋਂ ਬਾਅਦ ਫਿਰ 빅बॉਸ ਆਇਆ ਔਰ ਟਰਨ ਵੱਜ ਗਿਆ ਸੋ ਦੋ ਬਾਰੀ ਚਾਂਸ ਆਇਆ ਤਾਂ ਮਤਲਬ ਰੱਬ ਬਚਾਉਂਦਾ ਨਹੀਂ ਹੈਗਾ ਇਹ ਚੀਜ਼ੋਂ ਸਾਡੇ ਕੋਲ ਹੀ ਰੋਂ ਵਸ ਇਦਾਂ ਹੀ ਆ ਬਿਲਕੁਲ ਇਸ ਮੈਂ ਜਦਾਂ ਕਿ ਆਪਾਂ ਨੇ ਤੀਨ ਵਖਾਵਾ ਕੇ ਸੁਣੂ ਕਿ ਅਸੀਂ 92 ਕਿਲੋ ਚ ਕਿੰਨਾ ਦੇ ਅੱਜ ਅਸੀਂ ਪਹੁੰਚਾਂਗੇ ਇੱਥੇ ਸੋ ਸ਼ੁਕਰੀਆ ਕਰਦੇ ਹਾਂ ਤੁਹਾਡੇ ਇਹਨਾਂ ਦੇ ਜਰੀਏ ਸਾਨੂੰ ਇਹ ਮਿਲਣ ਦਾ ਮੌਕਾ ਮਿਲਿਆ ਤੁਸੀਂ ਖਾਣ ਪੀਣ ਦੇ ਸ਼ੌਕੀਨ ਹੋ ਹਨਾ ਵੈਜੀ ਖਾਣੇ ਹੋ ਕਿਦਾਂ ਮਤਲਬ ਪਤਾ ਲੱਗਦਾ ਸਿਰਫ ਵੈਜ ਹਾਂਜੀ ਸ਼ੌਕੀਨ ਨਹੀਂ ਹੈਗੀ ਬਟ ਪਾਰਟिकुलर ਜੋ ਚੀਜ਼ ਪਸੰਦ ਆ ਮੈਂ ਉਹੀ ਮਤਲਬ ਯੂਜੂਲੀ ਅੱਜ ਕੱਲ ਆਪਾਂ ਫੂਡਸ ਦੇ ਵਿੱਚ ਕੀ ਦੇਖਦੇ ਹਾਂ ਚਾਹੇ ਰੈਸਟੋਰੈਂਟਸ ਚਲੇ ਜਾਈਏ ਕਿਤੇ ਵੀ ਚਲੇ ਜਾਈਏ ਉਹ ਐਕਸਪੈਰੀਮੈਂਟ ਬਹੁਤ ਕਰਦੇ ਨੇ ਨੇਚਰਲ ਫੂਡ ਦੇ ਨਾਲ ਨਾ ਆਪਣੇ ਲਗ ਲਗ ਤਰ੍ਹਾਂ ਦੇ ਫਲੇਵਰ ਪਾਉਣ ਦੇ ਕੋਸ਼ਿਸ਼ ਕਰਦੇ ਨੇ ਸੋ ਉਹ ਮੈਨੂੰ ਪਸੰਦ ਨਹੀਂ ਹੈਗਾ ਜੇ ਤੁਸੀਂ ਕਹੋ ਕਿ ਮੈਂ ਫੂਡ ਐਕਸਪੈਰੀਮੈਂਟ ਪਸੰਦ ਕਰਦੀ ਹੁਮ ਨਹੀਂ ਜੇ ਆਲੂ ਦੀ ਸਬਜ਼ੀ ਹੈ ਤਾਂ ਐਗਜ਼ੈਕਟ ਉਹ ਹੀ ਜੀ ਹੋਣੀ ਚਾਹੀਦੀ ਜਿਵੇਂ ਦੀ ਉਹ ਬਣਦੀ ਆ ਰਹੀ ਹੈ ਜੇ ਬਿਰਿਆਨੀ ਹੈ ਤਾਂ ਉਹੀ ਜੀ ਹੀ ਹੋਣੀ ਚਾਹੀਦੀ ਹੈ ਅਗਰ ਸਾਗ ਹੈ ਤਾਂ ਉਹ ਜਿਹਾ ਹੀ ਹੋਣਾ ਚਾਹੀਦਾ ਕੋਈ ਫਲੇਵਰ ਜਾਂ ਤੁਸੀਂ ਐਂ ਕਹੋ ਉਹਦੇ ਵਿੱਚ ਚੀਜ਼ਾਂ ਐਡ ਔਨ ਕਰ ਦੋ ਉਹ ਮੈਨੂੰ ਪਸੰਦ ਨਹੀਂ ਹੈਗਾ ਤੁਸੀਂ ਕੁਕਿੰਗ ਬਹੁਤ ਚੰਗੀ ਕਰਦੇ ਹੋ ਹਾਂ ਜੀ ਅਸੀਂ ਕਿਹਾ ਤੁਸੀਂ ਦੱਸਿਓ ਕਿ ਅਲਸੀ ਦੇ ਪੀਣ ਤੁਸੀਂ ਬਹੁਤ ਖਾਣੇ ਹੋ ਨਾ ਹਾਂ ਮੈਂ ਇਸ ਵਕਤ ਚੱਲ ਰਹੀਆਂ ਨੇ ਮੇਰੀਆਂ ਸੱਜੇ ਨੇ ਟਾਈਮ ਹੈ ਨਾ ਉਹ ਚੀਜ਼ ਵਧੀਆ ਵਿంటర్ ਫੂਡ ਹੈ ਖਾਣਾ ਚਾਹੀਦਾ ਸੋ ਮੇਰੇ ਘਰੋਂ ਬਣ ਕੇ ਆਈਆਂ ਨੇ ਇਸ ਵਾਰੀ ਜਿਵੇਂ ਕਿਓ ਨਾਲ ਹੁੰਦੀਆਂ ਨਾ ਇਹ ਲਾਸਟ ਟਾਈਮ ਮੈਂ ਕੋਵਿਡ ਹੋਇਆ ਸੀ ਮੈਨੂੰ ਸੋ ਮੈਂ ਕਿਓ ਵਾਲੀਆਂ ਖਾਧੀਆਂ ਸੀ weight gain ਹੋ ਗਿਆ ਸੀ ਇਸ ਵਾਰ ਵਿਦਆਉਟ 슈ਗਰ ਫਰੀ اور ਅਮ ਅਲਸੀ ਦੇ ਤੇਲ ਦੀਆਂ ਪਿੰਨੀਆਂ ਬਣਾਈਆਂ ਹੋਈਆਂ ਨੇ ਸੋ ਕੈਸਾ ਨੇ ਕਿੰਨੀ ਖੂਬਸੂਰਤੀ ਹੈ ਖੂਬਸੂਰਤੀ ਦਾ ਰਾਜ ਉਹ ਵਾਲ ਸੀਡੀਆਂ ਪਿੰਨੀਆਂ ਵੀ ਹੋ ਸਕਦਾ ਹੈ ਨਾ ਬਿਲਕੁਲ ਉਹਦੇ ਨਾਲ omega 3 ਹੁੰਦਾ ਕਿਉਂਕਿ ਮੈਂ ਚਿਕਨ ਨਹੀਂ ਖਾਂਦੀ ਫਿਸ਼ ਨਹੀਂ ਖਾਂਦੀ ਸੋ ਫਿਰ ਕੋਈ ਤਾਂ ਚੀਜ਼ ਚਾਹੀਦੀ ਹੈ ਜਿਹਦੇ ਨਾਲ ਮਤਲਬ ਪੂਰੇ ਪੂਰੇ ਨਿਊਟ੍ਰੀਐਂਟਸ ਜਾਣ ਬੋਡੀ ਚੋਂ ਜਿਵੇਂ ਸਾਡਾ ਸਵਾਲ ਹੈ ਨਾ ਤੁਹਾਡਾ ਕਿ ਇਲੈਕਸ਼ਨ ਦਾ ਟਾਈਮ ਆ ਅਗਰ ਤੁਸੀਂ ਇਲੈਕਸ਼ਨ ਲੜਦੇ ਹੋਮੋਂ ਸਪੋਜ਼ ਕਰੋ ਮੰਨ ਲਓ ਕਿ ਉਹ ਉਹ ਨਹੀਂ ਕਿ ਤੁਸੀਂ ਕਿੱਦਾਂ ਦੇ ਲੀਡਰ ਹੋਮੋਗੇ ਜਿਵੇਂ ਦੀ ਮੈਂ ਹੋਣਾ ਮੈਂ ਜੋ ਗੱਲ ਹੈ ਮੂੰਹ ਤੇ ਕਹਿ ਦਿੰਨੀ ਆ ਸੋ ਮੈਨੂੰ ਲੱਗਦਾ ਹੈ ਕਿ ਮੈਂ ਉਹ ਹੀ ਹੋऊंगी ਜਿਹੇ ਜੀ ਮੈਂ ਐਗਜ਼ੈਕਟ ਆਪਣੀ ਲਾਈਫ ਦੇ ਵਿੱਚ ਹੈਗੀ ਆ ਯੂਜੂਲੀ ਅਸੀਂ ਬਹੁਤ ਸਾਰੇ ਪਰਸਨਲ ਲੈਵਲ ਦੇ ਉੱਤੇ ਕੰਮ ਕਰਦੇ ਆ ਸੋ ਮੇਬੀ ਸ਼ਾਇਦ ਮੈਂ ਬਹੁਤ ਸਾਰੀਆਂ ਚੀਜ਼ਾਂ ਬੇਬਾਕੀ ਨਾਲ ਕਹਿ ਪਾਉਂਗੀ ਜੋ ਮੈਂ ਕਹਿਣਾ ਚਾਹੁੰਦੀ ਆ ਅਸੀਂ ਜਿੰਦਗੀ ਚ ਇਦਾਂ ਪੜਾ ਸਕਦੇ ਕਿ ਤੁਸੀਂ ਰਾਜਨੀਤੀ ਦੇ ਵਿੱਚ ਆਓ ਦੇਖੋ ਆਪਣੇ ਮੂੰਹ ਇਹ ਗੱਲਾਂ ਕਹਿਣੀ ਆ ਕਿ ਨਹੀਂ ਆ ਨਹੀਂ ਹੋਊਗਾ ਉਹ ਨਹੀਂ ਹੋਊਗਾ ਜਦੋਂ ਲਾਈਫ ਨੇ ਤੁਹਾਨੂੰ ਇੱਕ ਦਰਵਾਜ਼ਾ ਤੁਹਾਡੇ ਲਈ ਓਪਨ ਕਰਨਾ ਹੈ ਉਹ ਕਦੇ ਵੀ ਕਿਸੇ ਵੀ ਪਰਿਸਥਿਤੀ ਚ ਓਪਨ ਹੋ ਸਕਦਾ ਮੈਂ ਕਹਾਂ ਮੈਂ ਪੋਲਿਟਿਸ਼ੀਅਨਸ ਨੂੰ ਜਾਂ ਮੈਂ ਨਫ਼ਰਤ ਕਰਦੀ ਆ ਜਾਂ ਮੈਂ ਰਾਜਨੀਤਿਕ ਨਫ਼ਰਤ ਕਰਦੀ ਆ ਹਾਲਾਤ ਔਰ ਇਨਸਾਨ ਬੁਰਾ ਹੁੰਦਾ ਹੈ ਲਾਜ਼ ਆਪਣੇ ਜਿਸ ਤਰ੍ਹਾਂ ਦੇ ਹੈਗੇ ਤੁਸੀਂ ਉਹਨਾਂ ਨੂੰ ਡੀਲ ਕਰੋ ਸੋ ਆਈ ਥਿੰਕ ਉਮ ਪਤਾ ਨਹੀਂ ਹੈਗਾ ਹੋ ਸਕਦਾ ਨਾ ਵੀ ਜਾਂ ਹੋ ਸਕਦਾ ਕਿ ਪਤਾ ਉਸ ਵਕਤ ਕੀ ਸਿਚੁਏਸ਼ਨ ਹੋਵੇ ਜਾਂ ਮੈਨੂੰ ਕੋਈ ਓਪਰਚੁਨਿਟੀ ਮਿਲਦੀ ਹੋਵੇ ਸੋ ਸੋ ਕਹਸਾ ਲੱਗੇ ਜਿੱਦਾਂ ਇਹਨਾਂ ਦੀ ਨਾ ਸਿਰਤਾ ਤੇ ਉਦਾਂ ਹੀ ਨਾ ਸੁਰਤਾ ਕਿਉਂਕਿ ਬਵਾਕੀ ਦੇ ਨਾਲ ਬੋਲਦਾ ਚਾਹੇ ਕਿਸਾਨੀ ਅੰਦੋਲਨ ਤੇ ਹੋਵੇ ਉੱਥੇ ਵੀ ਤੁੱਡੀ ਬੜੀ ਹਾਜ਼ਰੀ ਰਹੀ ਆ ਕਿਤੇ ਵੀ ਹੁੰਦਾ ਨਾ ਤੁਸੀਂ ਬੜੀ ਤੁੱਡੀ ਸਵਾਮਾਂ ਦੇ ਭਾਵਨਾ ਤੁੱਡੀ ਹੈਗੀ ਹੈ ਨਾ ਤੁਸੀਂ ਪਹੁੰਚਦੇ ਉੱਥੇ ਮੈਂ ਇਸ ਲਈ ਸਵਾਲ ਕੀਤਾ ਸੀ ਤੁਹਾਨੂੰ ਹਾਂ ਕਿਉਂਕਿ ਡਰਦੇ ਨਹੀਂ ਆ ਸੀ ਕਿਉਂਕਿ ਜੇ ਕੋਈ ਵੀ ਚੀਜ਼ ਆਪਾਂ ਅਗੇਂਸਟ ਕਿਸੇ ਦੇ ਜਾਣੇ ਆ ਕਿਤੇ ਨਾ ਕਿਤੇ ਉਹਦਾ ਲੂਪ ਹੋਲੇ ਹੁੰਦਾ ਹੈ ਕਿ ਜਦੋਂ ਕਿਸਾਨੀ ਵੇਲੇ ਸਾਨੂੰ ਬੜੀ ਪ੍ਰੋਬਲਮ ਆਈ ਆ ਆਰਟਿਸਟਾਂ ਨੂੰ ਬਟ ਸਾਨੂੰ ਇਹ ਪਤਾ ਸੀਗਾ ਕਿ ਪੰਜਾਬੀ ਲੋਕ ਸਾਡੇ ਨਾਲ ਨੇ ਸਾਨੂੰ ਡਰਨਾ ਨਹੀਂ ਚਾਹੀਦਾ ਇਕ ਜਾਂ ਤਾਂ ਡਰ ਕੇ ਹੁੰਦਾ ਹੈ ਕੰਮ ਹੀ ਐਵੇਂ ਹੁੰਦਾ ਹੈ ਸੋ ਉਹ ਚੀਜ਼ ਕਿ ਇੱਕ ਇੱਕ ਫਿਲਟਰ ਕ੍ਰੀਏਟ ਕਰਕੇ ਰਹਿਣਾ ਉਹ ਮੈਨੂੰ ਆਂਦਾ ਨਹੀਂ ਹੈਗਾ ਲੋਕ ਫਿਰ ਚਾਹੇ ਮੈਨੂੰ ਪਸੰਦ ਕਰਨ ਜਾਂ ਮੈਨੂੰ ਹੇਟ ਕਰਨ ਬਟ ਜੋ ਹੈ ਉਹਦਾ ਹੀ ਹੈ ਯਾ ਥੈਂਕ ਯੂ ਮੇ ਟਾਈਮ ਥੈਂਕ ਯੂ ਬਿਲਕੁਲ ਇਸੇ ਸਾਡੇ ਨਾਲ ਵਨ ਐਨ ਓਨਲੀ ਹਿਮਾਂਸ਼ੀ ਖੁਰਾਨਾ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਕਿ ਇਹਨਾਂ ਨੂੰ ਕੀ ਪਸੰਦ ਹੈਗਾ ਸੋ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬੀ ਟਿਵੀਸ਼ਨ